करा, अपनी चेक करिए बीवी बहुत प्यारी लग रही माशाल्लाह माशाल्लाह। आ ना बैठ ना, आ जाओ आ जाओ। अच्छी आदत की लग रही है मुझे। नहीं जैसे तुसी मिले हो ना। हां जी हां, पीछे हो के बैठे जी, मैं बैठी हां। नहीं मैं से कंफर्टेबल हूं। आ कंफर्टेबल, चलो मैं भी इथे आ जानी हां। अम्मी सही कह रही थी कि इथे कंफर्टेबल ही बंदा। अम्मी तू नाजर जी, ये मिनट च तेरे पैर छप जाने। बकवास बंद कर। अच्छा किथू आई बेटी? मैं दुबई से आई हूं। ओहो, मैं भी दुबई गई सा। अब दुबई गई है? मैं तो उधर गई सा जब अरबी कपड़े भी नहीं सी पांदे। बड़े चोले पांदे सन ना? नहीं, हुन तो पैंटा शर्टा भी पा लेंदे ने। नहीं चोले अभी पहनते लंबे वाले। अच्छा अच्छा अच्छा, साडी मां ने बड़ी मेहनत की थी जी। हां जी, ए जदों साडी मां गई उदों खलीफा बुर्ज बन रहा सी। बुर्ज खलीफा हुंदा है उथे, उन्हें कमीज ला के इत्ता चुकी है। ਕਮੀਜ਼ ਲਾ ਕੇ ਟਾਕੀ ਚੁੱਕੀ ਉਹ ਆਪਣਾ ਜਿਹੜੇ ਹੁੰਦੇ ਨਾ ਮਜ਼ਦੂਰਾਂ ਦੀ ਡਰੈਸ ਹੋਰ ਹੁੰਦੀ ਹੈ ਨਾ, ਡਾਂਗਰੀ ਡਾਂਗਰੀ। ਹਾਂ ਡਾਂਗਰੀ ਮੈਂ ਦਿੱਤੀ ਸੀ ਉਹਨਾਂ ਨੇ, ਲੇਕਿਨ ਮੈਂ ਪਾਈ ਨਹੀਂ ਸੀ। ਕਿਉਂ? ਮੈਂ ਕਿਹਾ ਤੂੰ ਡਾਂਗਰੀ ਹੈ ਤੂੰ ਪਹਿਨ। ਐਵੇਂ ਨਹੀਂ ਪਾਲਿਆ ਸਾਡੀ ਮਾਂ ਨੇ ਜੀ, ਬੜੇ ਮੁਸ਼ਕਿਲ ਬੱਚੇ ਪਾਲੇ ਨੇ। ਅੱਲਾ ਤਾਂ ਚੁੱਕਦੀ ਰਹੀ, ਫਿਰ ਉਸ ਤੋਂ ਬਾਅਦ ਰਾਤ ਨੂੰ ਮਜ਼ਦੂਰਾਂ ਨੂੰ ਵੀ ਐਂਟਰਟੇਨਮੈਂਟ ਦਿੱਤੀ ਰਹੀ, ਤਾਂ ਜਾ ਕੇ ਅਸੀਂ ਭਲੇ ਹਾਂ। ਹਾਂਜੀ ਡਬਲ ਜੌਬ ਕੀਆ ਆਪਨੇ? ਹਾਂਜੀ 15 ਰੁਪਏ ਲੈਂਦੀ ਮੈਂ ਫੀ ਮਜ਼ਦੂਰ। ਹਾਂਜੀ ਮਾਲਿਸ਼ ਕਰਦੀ ਸਾਂ ਨਾ ਉਹਨਾਂ ਦੀ। जो प्यो मेरा निकाह आया सी ना, एक कार फिर रहा सी। मैं काका तू कौन है? कहना अम्मी जी मैं तुहाडे लई होना है। हां जी हां, नाइस स्टोरी। हां बुर्ज खलीफा ਤੁਸੀਂ ਦੇਖਿਆ? बुर्ज खलीफा की क्या बात है, आपने देखा? मैं तो देख के दौड़ ही गई सी। क्यों दौड़ गई? मैं ਉੱਤੇ ਜਾ ਕੇ ਚੈੱਕ ਕੀਤਾ, ਮੈਂ ਕਿਹਾ ਖਬਰੇ ਖਲੀਫਾ ਇੱਥੇ ਹੀ ਪੈਂਦਾ ਹੋਵੇਗਾ। ਹਾਂ ਬੈਠਾ ਸੀ ਖਲੀਫਾ। ਖਲੀਫਾ ਹਾਂ, ਮੈਂ ਕਿਹਾ ਤੂੰ ਤੇ ਖਲੀਫਾ ਤੇ ਬੁਰਜ ਕਿੱਥੇ? ਕਹਿੰਦਾ ਮਾਈ ਤੂੰ ਮੇਰੇ ਬੁਰਜ ਤੇ ਹੀ ਬੈਠੀ ਹੋਈ ਹੈ। ਖਲੀਫਾ ਬੁਰਜ ਨਾਲ ਕੋਈ ਬਿਲਡਿੰਗ ਬਣਾਈ ਹੈ? ਬਿਲਡਿੰਗ ਹੈ ਬਹੁਤ ਖੂਬਸੂਰਤ। ਹਾਂ ਤੂੰ ਕਦੀ ਟੌਪ ਤੇ ਗਈ? ਟੌਪ ਫਲੋਰ ਤੇ ਤਾਂ ਕੀ ਮਜ਼ਾ ਆਇਆ। ਮੈਂ ਤਾਂ ਟੌਪ ਤੇ ਉਤਰਦੀ ਨਹੀਂ ਸੀ, ਮੈਂ ਤਾਂ ਟੌਪ ਫਲੋਰ ਤੇ ਬੈਠੀ ਰਹਿੰਦੀ ਸੀ। ਸਾਰੇ ਸਾਡੀ ਮਾਂ ਟੌਪ ਤੇ ਰਹੀ ਹੈ ਤੇ ਅਸੀਂ ਪਲੇ ਆ ਨਾ ਜੀ। ਉਹ ਸਰਕਲ ਬਣਿਆ, ਜੰਗਲਾ ਲੱਗ ਗਿਆ ਹੁਣ ਉਹਨੂੰ। ਹਾਂਜੀ ਉਹ ਜੰਗਲਾ ਅੰਮੀ ਦੀ ਵੈਤੋ ਲਾਇਆ। ਕਿਉਂ? ਇਹ ਪਾਗਲ ਪੁਣੇ ਉੱਤੇ ਚੜ ਜਾਂਦੀ ਸੀ। ਆਪਣਾ ਤੂੰ ਆਪਣਾ ਟੌਪ ਤੇ ਰਹੀ? ਹਾਂ ਜੀ ਤੂੰ ਆਪਣਾ ਇਬਨ ਬਤੂਤਾ ਵੇਖਿਆ? ਇਬਨ ਬਤੂਤਾ ਕੀ ਹੋਇਆ? ਓਏ ਹੋਏ ਭਾਈ, ਇਬਨ ਤੇ ਹੈ ਨਾ, ਲੇਕਿਨ ਜਿਹੜਾ ਬਤੂਤਾ ਹੈ ਨਾ ਉਹਦਾ ਤੇ ਆਪਣਾ ਹੀ ਮਜ਼ਾ ਹੈ। ਤੁਸੀਂ ਇਬਨ ਬਤੂਤਾ ਵੇਖਿਆ? ਜੀ ਮੈਂ ਦੇਖਿਆ ਇਬਨ ਬਤੂਤਾ। ਜੇ ਤੁਹਾਨੂੰ ਹੁਣ ਵਹਾਈਏ ਤੇ ਪਛਾਣ ਲਓਗੇ। ਮੇਰੇ ਕੋਲ ਫੋਟੋ ਪਈ ਹੋਦੀ। ਅੰਮਾ ਜੀ ਇਹ ਇਬਨ ਬਤੂਤਾ ਕੀ ਹੈ? ਇਹ ਇੱਕ ਬੰਦਾ ਸੀ, ਉਹਦਾ ਨਾਮ ਸੀ ਇਬਨ ਬਤੂਤਾ। ਸਾਰੀ ਦੁਨੀਆ ਫਿਰਿਆ ਸੀ ਮੁਲਕਾਂ 'ਚ। ਅੱਛਾ ਉਹਦੀ ਹਿਸਟਰੀ ਉਹਨਾਂ ਬਣਾਇਆ ਕਿ ਇਹ ਇਬਨ ਬਤੂਤਾ। ਅੱਛਾ ਮੈਨੂੰ ਇਹ ਬਤਾਇਆ ਕਿ ਦੇਖੇ ਵਾਹ ਪੇ ਨਾ ਪਾਕਿਸਤਾਨ ਆਪਣਾ ਬਹੁਤ ਖੂਬਸੂਰਤ ਮੁਲਕ ਹੈ। ਅਲਹਮਦੁਲਿਲਾ ਸਾਡਾ ਮੁਲਕ ਤੇ ਅੱਲਾ ਦੀ ਰਹਿਮਤ ਨਾਲ ਪੂਰੀ ਦੁਨੀਆ ਤੇ ਐਸਾ ਖਿੱਤਾ ਹੀ ਨਹੀਂ ਹੈਗਾ। ਬਿਲਕੁਲ ਸੋਹਣਾ ਪਾਕਿਸਤਾਨ। ਜੋ ਤਾਰੀਫ ਪਾਕਿਸਤਾਨ ਕੀ ਕਰੇ ਕਾਮ ਹੈ, ਲੇਕਿਨ ਦੁਬਈ ਦੀ ਇੱਕ ਚੀਜ਼ ਦੀ ਮੈਂ ਬੜੀ ਤਾਰੀਫ ਕਰੂੰਗੀ। ਕੀ? ਉਸਕੀ ਸਫਾਈ। ਵਾਹ ਵਾਹ, ਐਸੇ ਨੀਟ ਐਂਡ ਕਲੀਨ ਲੋਗ ਹੈ ਕਿ ਸਫਾਈ ਦਾ ਬਹੁਤ ਖਿਆਲ ਰੱਖਦੇ ਨੇ। ਮੈਂ ਕਹਿੰਦਾ ਸਫਾਈ ਦਾ ਤੇ ਬਹੁਤ ਧਿਆਨ ਰੱਖਦੇ ਨੇ। ਬਹੁਤ ਜ਼ਿਆਦਾ। ਮੈਨੂੰ ਤਾਂ ਇੱਕ ਅਰਬੀ ਨੇ ਚਪੇੜਾ ਵੀ ਮਾਰੀ ਇਹਨੇ। ਜੀ ਕਹਿੰਦਾ ਮਾਈ ਤੂੰ ਸਫਾਈ ਦਾ ਧਿਆਨ ਨਹੀਂ ਰੱਖਦੀ। ਮੈਂ ਉਹਦੇ ਘਰ ਦੀ ਨੌਕਰਾਨੀ ਲੱਗੀ ਸਾਲਾ। ਮੈਨੂੰ ਕਹਿੰਦਾ ਕਿ ਤੂੰ ਵਿਹੜਾ ਸਾਫ਼ ਕਰ ਲੈਂਦੀ, ਨੁਕਰਾਂ ਤੇਰੇ ਪਿਓ ਨੇ ਕਰਨੀ ਆਉਂਦੀਆਂ ਨੇ। ਭਾਈ ਬੜੇ ਸਫਾਈ ਪਸੰਦ ਲੋਕ ਨੇ। ਬਹੁਤ ਬਹੁਤ ਜ਼ਿਆਦਾ। ਹਾਂਜੀ ਤੋ ਆਪ ਐਕਸਟਰਾ ਪੈਸੇ ਲੈ ਕੇ ਸਫਾਈ ਕਰਦੇ ਜੀ? ਨਹੀਂ ਮੈਂ ਨਹੀਂ ਲੈਂਦੀ, 300 ਲੈਂਦੀ ਸੀ ਮੈਂ ਉਹਨਾਂ ਕੋਲ ਨਾ। ਉਹ ਵਾਲੇ ਫੀ ਨੁਕਰ ਦਾ ਦਿਰਮ ਫੀ ਨੁਕਰ। ਅੱਛਾ ਆਪਨੇ ਉਹਨਾਂ ਦਾ ਖਾਣਾ ਖਾਇਆ? ਖਾਣੇ ਤੇ ਕੀ ਬਾਤ ਹੈ, ਕੀ ਖਾਣਾ ਹੁੰਦਾ ਹੈ। ਤੁਸੀਂ ਪਾਕਿਸਤਾਨ
ਪਾਕਿਸਤਾਨ ਦੇ ਇੱਥੇ ਮੈਕਡੋਨਲਡ ਖਾਦਾ ਕਦੀ ਹਾਂ 450 ਦਾ ਐਡਾ ਪੇੜਾ ਫੜਾ ਦਿੰਦੇ ਨੇ ਬਰਗਰ ਤੇ ਬੇਈਮਾਨ ਨਾਲ ਦੁਬਈ ਦਾ ਬਈ ਐਡਾ ਤੇ ਹੁੰਦਾ ਜੇ ਮੈਂ ਤੇ 2 ਸਾਲ ਲੈ ਕੇ ਖਾਦੇ ਸੀ ਜਿਹੜੇ ਬੰਦੇ ਨੇ ਲੈ ਕੇ ਦਿੱਤਾ ਸੀ ਉਹਨੇ ਮੈਨੂੰ ਜੁੱਤੀਆਂ ਮਾਰੀਆਂ ਮਾਈ ਉਹਨੂੰ ਬੁਕਾ ਉਸਨੇ ਬੜਾ ਸ਼ੌਕ ਸੀ ਤੈਨੂੰ ਬਰਗਰ ਖਾਣ ਦਾ ਨਹੀਂ ਤੂੰ ਆਪਣੀ ਵੋ ਵਾਲਾ ਬਰਗਰ ਨਹੀਂ ਖਾਇਆ ਕੌਣ ਸਾ ਜੁੱਤਾ ਵੋ ਬਰਗਰ ਹੈ ਛੋਟਾ ਕਰ ਲੈ ਕਿਉਂ ਸਾਡੀ ਮਾਂ ਮਾਰਨੀ ਹੂੰ ਮੇਰੀ ਬਾਤ ਉਹ ਬਰਗਰ ਨਹੀਂ ਹੈ ਉਹ ਸ਼ਵਾਰਮਾ ਹੁੰਦਾ ਹੈ ਮਾਂ ਜੀ ਅੱਲਾ ਜਿਹੜਾ ਹੁੰਦਾ ਹੈ ਮਾਂ ਜੀ ਉਹ ਸ਼ਵਾਰਮਾ ਹੁੰਦਾ ਰੋਟੀ ਦੇ ਵਿੱਚ ਇਹਨੇ ਤਾਂ ਸਾਰੀ ਮਾਂ ਓਪਨ ਕਰ ਦਿੱਤੀ ਸ਼ਵਾਰਮੇ ਦੇ ਬੱਚੇ ਨੇ ਅੱਛਾ ਇਹ ਦੱਸ ਆਪਨੇ ਬਾਗੇ ਕਲੱਬ ਦੇਖੇ ਕਲੱਬ ਹਾਂ ਨਹੀਂ ਪੈੜੀ ਹੈ ਡੇਰਾ ਅੱਡਾ ਵੇਖੀ ਡੇਰਾ ਅੱਡਾ ਡੇਰਾ ਦੁਬਈ ਹਾਂ ਦੇਖਿਆ ਹੈ ਉੱਥੇ ਕਲੱਬ ਵੀ ਤਾਂ ਮੈਂ ਨੱਚਦੀ ਰਹੀ ਹਾਂ ਨਿਗਾਹ ਹੁਸੈਨ ਸਾਹਿਬ ਚੋਰੀ ਬਸ਼ੀਰ ਯਾਦ ਆ ਗਿਆ ਬੀਚ ਤੇ ਮੈਂ ਫਾਟਾ ਵਾਲਾ ਕੱਛਾ ਪਾ ਕੇ ਉਹ ਦੌੜੀ ਆ ਮੇਰੇ ਕੋਲ ਕੱਛਾ ਸੀ ਉਹਦੇ ਪਿੱਛੇ ਲਿਖਿਆ ਹੁੰਦਾ ਸੀ ਵੈਲਕਮ ਬਾਈ ਸਾਰੇ ਲੋਕ ਉੱਥੋਂ ਹੀ ਚੋਰੀ ਬਸ਼ੀਰ ਮੱਥੇ ਲੱਗਾ ਸੀ ਮਿਹਰਬਾਨੀ ਜਦੋਂ ਵੀ ਲੜੀ ਕਮੀਜ਼ ਲਾ ਕੇ ਲੜੀ ਆ ਚਲਦਾ ਬੱਚਾ ਮੈਂ ਉੜ ਕੇ ਤੈਨੂੰ ਕਿੱਥੋਂ ਮਾਰ ਲਈਏ ਮੈਂ ਮਾਲਕ ਹੈ ਥੋੜਾ ਕੋ ਕਰਾਂ ਮੈਨੂੰ ਜਾਣਦਾ ਨਹੀਂ ਮੈਂ 2 ਸਾਲ ਪ੍ਰੋਸੀਜਰ ਵਿੱਚ ਫਸੀ ਰਹੀ ਆ ਚੌਧਰੀ ਪ੍ਰੋਸੀਜਰ ਬਾਜੀ ਬਾਜੀ ਸਾਹਿਬ ਅਲੈਕਮ ਓ ਭਾਈ ਜਾਨ ਕੀ ਹਾਲ ਚਾਲ ਹੈ ਬਾਜੀ ਠੀਕ ਠਾਕ ਹੋ ਖਰੀਏ ਹਾਂ ਭਾਈ ਜਾਨ ਇਹ ਵੀ ਤੇਰੀ ਭੈਣ ਹੈ ਹਾਂਜੀ ਹਾਂਜੀ ਤੂੰ ਕਿਤੇ ਟੈਡੀ ਭੈਣ ਵਾਲਾ ਤਾਂ ਨਹੀਂ ਚਲੋ ਆ ਗਈ ਨਾ ਮੁਸ਼ਕਤ ਕੀਤੀ ਆ ਚਾਰ
ਸਾਨੂੰ ਘਰ ਪੈਣ ਡਈ ਹੈ ਤੇ ਪੁੱਤਰ ਉਹਨੇ ਵੀ ਤਾਂ ਘਰ ਹੀ ਆਣਾ।